फातिमा बिनते सलामुल्लाहा अल्लाहुम्मा सल्ली अला मुहम्मद। सरकार तेरा नजब कितने अरसे तो तुम भी सुन रहे हो, मैं भी सुन रहा, यही पढ़ते हैं काबे च नजूल होया दीवार छक कोई इस तो अगे तो कोई गल नहीं पढ़ते ਹੈ ਜੀ। ਤਿੰਨ ਦਿਨ ਬੀਬੀ ਅੰਦਰ ਰਹੇ, ਤਿੰਨ ਦਿਨ ਬਾਅਦ ਬਾਹਰ ਆਏ, ਬਲਕਿ ਰਸੂਲ ਅੱਲਾ ਆਏ ਤੇ ਰਹਿਮਤੁਲ ਆਲਮੀਨ ਦੀ ਜ਼ਿਆਰਤ ਸਭ ਤੋਂ ਪਹਿਲੇ ਅਲੀ ਨੇ ਅੱਖਾਂ ਖੋਲੀਆਂ ਤੇ ਦੇਖਿਆ ਹੀ ਰਹਿਮਤੁਲ ਆਲਮੀਨ ਦਾ ਚਿਹਰਾ, ਗਿਜ਼ਾ ਹੀ ਪਹਿਲੀ ਰਸੂਲ ਅੱਲਾ ਨੇ ਜ਼ੁਬਾਨ 'ਚ ਸਵਾਈ। ਅਸੀਂ ਇਹੀ ਮੰਨਦੇ ਸੁਣਦੇ ਔਰ ਪੜ੍ਹਦੇ ਆ ਰਹੇ ਹਾਂ। ਲੋ ਜ਼ਰਾ ਜਿਹੜੇ ਖਿਆਲ ਜਾਣ ਸਕਦੇ, ਮਿੱਟੂ ਜੀ ਜਿਹੜੇ ਜਾਣਦੇ ਨੇ ਕਿ ਖਿਆਲ ਕਿਆ ਹੁੰਦਾ, ਉਹ ਬੰਦੇ ਦੇਖਣੇ ਕਿ ਮੈਂ ਤੇਰੇ ਨਾਲ ਹੁਣ ਕੀ ਪੜ੍ਹਿਆ। ਬੀਬੀ ਪਾਕ ਫਰਮਾ ਰਹੇ ਨੇ, ਤੀਸਰੇ ਦਿਨ ਜਦੋਂ ਜਾਣ ਲੱਗੇ ਨਾ ਰਸੂਲ ਅੱਲਾ ਦੀ ਜ਼ਿਆਰਤ ਕਰ ਲਈ ਅਲੀ ਨੇ, ਤੇ ਬੀਬੀ ਨੇ ਵਜਹੁੱਲਾ ਨੂੰ ਚਾਇਆ ਹੋਇਆ, ਵਜਹੁੱਲਾ ਦੀ ਵਾਲਦਾ ਨੇ ਕਾਬੇ ਦੇ ਵਿੱਚੋਂ ਹਾਏ ਹਾਏ ਕੁਰਬਾਨ ਜਾਵਾਂ ਕੀ ਮੰਜ਼ਰ ਹੈ ਔਰ ਬੰਦੇ ਚੁੱਕੇ। ਸੋਹਣੇ ਸ਼ਾਹ ਜੀ ਗੱਲ ਸੁਣਨਾ ਜੀ, ਚੁੱਕਿਆ ਜੀ ਵਜਹੁੱਲਾ ਦੀ ਵਾਲਦਾ, ਵਜਹੁੱਲਾ ਨੂੰ ਜਾ ਕੇ ਜਾਣ ਲੱਗੀ ਤੇ ਬੀਬੀ ਇੱਕ ਪੈਗਾਮ ਦੇ ਗਈ ਕਾਬੇ ਨੂੰ, ਮੈਂ ਕਾਬਾ ਅਰਦਾਸ ਬਸਾ ਕਰ ਚਲੀ ਬਾਬਾ ਜੀ। ਮੈਂ ਤੁਹਾਨੂੰ ਗਲਤ ਬਿਆਨ ਨਹੀਂ ਕਰਾਂਗਾ, ਦੇਖ ਲੈਣਾ 1 2 3 4 5 6 ਲਿਖੇ ਨੇ, ਪੜ੍ਹਨੇ ਉਤਨੇ ਜਿਤਨੇ ਡਿਪੈਂਡਸ ਔਨ ਯੂ, ਤੁਹਾਡੇ 'ਤੇ ਹੀ ਹੈ ਜਿਤਨੇ ਤੁਸੀਂ ਸੁਣ ਲਓ। ਅਤੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਚਲੋ ਮੈਂ ਕੋਲ ਬਹਿ ਕੇ ਵੀ ਸੁਣਾਉਂਦਾ ਨਾ, ਮੇਰੇ ਬਾਬਾ ਜੀ ਨੇ ਹੋਰ ਨੇ ਸ਼ਾਹ ਜੀ ਹੋਰ, ਉਹਨਾਂ ਨੂੰ ਘਰ ਜਾ ਕੇ ਵੀ ਸੁਣਾ ਸਕਦਾ ਭਾਅ ਜੀ ਨੇ, ਇਹਨਾਂ ਦੇ ਘਰ ਦੇ ਜਾ ਕਰ ਘਰ ਬੁਲਾ ਕੇ ਸੁਣ ਸਕਦੇ ਨੇ, ਇਹਨੂੰ ਸੁਣਾ ਲਾਂਗਾ, ਬਾਕੀ ਫਿਰ ਮਹਿਰੂਮ ਰਹਿ ਜਾਂਦੇ। ਅਗਰ ਸੁਣਨਾ ਚਾਹੁੰਦੇ ਤਾਂ ਮੈਨੂੰ ਖੈਰਾਤ ਦੇਣਾ, ਮੈਂ ਦਾਦ ਦੇ ਸਿਰ 'ਤੇ ਪੜ੍ਹਦਾ। ਹਾਲਾਂ ਪੁੱਛ ਲਓ, ਮੈਂ ਨਾਸ਼ਤਾ ਇਹਦੇ ਨਾਲ ਕਰਨਾ ਸੀ ਉਹ ਵੀ ਕੀਤਾ ਜੇ। ਮੈਂ ਕਾਬਾ ਅਰਦਾਸ ਬਸਾ ਕਰ ਚਲੀ ਹੂੰ, ਮੈਂ ਕਾਬਾ ਅਰਦਾਸ ਬਸਾ ਕਰ ਚਲੀ ਹੂੰ, ਖੁਦਾ ਕੋ ਅਲੀ ਮੈਂ ਛੁਪਾ ਕਰ ਚਲੀ ਹੂੰ, ਮੈਂ ਕਾਬਾ ਅਰਦਾਸ ਬਸਾ ਕਰ ਚਲੀ ਹੂੰ। ਹਾਏ ਹਾਏ ਜੀਓ ਸ਼ਾਬਾਸ਼ ਕਾਮਰਾਨ, ਮੌਲਾ ਤੈਨੂੰ ਇਹਨਾਂ ਦੀ ਦੁਆਵਾਂ ਦੇ ਸਦਕੇ ਹਿੰਮਤ ਦੇਵੇ ਔਰ ਤੂੰ ਇੰਜ ਹੀ ਪੜ੍ਹਦਾ ਰਵੇਂ। ਮੈਨੂੰ ਤਾਂ ਹੱਕ ਹੈ, ਮੈਂ ਵੀ ਦੱਸ ਦਿਆਂ ਆਪਣੇ ਆਪ ਨੂੰ ਦੇ ਰਹੇ ਹਾਂ ਹੁਣ ਜੀ ਜੀ। ਅੱਛਾ ਜੀ, ਤੁਸੀਂ ਦੇਖਿਆ ਨਾ ਕਰੋਨਾ ਆਈ, ਉਹ ਆਈ ਬਿਮਾਰੀ ਆਈ ਹੈ, ਉਹ ਆਈਏ ਇੱਕ ਵਜ੍ਹਾ ਵਾਸਤੇ ਆਈਏ, ਉਹ ਸਿਰਫ ਅਜ਼ਾਦਾਰ ਅਤੇ ਆਵਾਜ਼ਾਰ ਅਲੱਗ ਅਲੱਗ ਕਰਨ ਆਈ ਹੈ। ਆਵਾਜ਼ਾਰਾਂ ਵਾਸਤੇ ਨਹੀਂ ਸਰਕਾਰ, ਅਜ਼ਾਦਾਰਾਂ ਵਾਸਤੇ ਸ਼ੇਰ ਪੜ੍ਹੇ ਬੀ ਫਰਮਾਰਨ ਬੀਬੀ ਫਰਮਾਰਨ। ਇਹ ਗੱਲ ਤੁਹਾਡੇ ਵਾਸਤੇ ਯਾਰ, ਇਹ ਸ਼ੇਰ ਪਤਾ ਨਹੀਂ ਮੈਂ ਤੁਹਾਨੂੰ ਬੋਲਾ ਜੀ, ਕਿਸਮ ਤੁਹਾਨੂੰ ਦੇਖ ਕੇ ਪਾੜਿਆ ਜੀ, ਜੇ ਮਾਤਮੀ ਤਸੀਮ ਜਿਹਨਾਂ ਦੀ ਜੁੱਤੀਆਂ ਦੇ ਸਦਕੇ ਮਜ਼ਾਕ ਕਰਾਂ। ਬੀ ਫਰਮਾਰਨ ਲਫ਼ਜ਼ ਕਰੋਨਾ ਜ਼ਹਿਨ 'ਚ ਰੱਖਣਾ, ਇੱਕ ਚੀਜ਼ ਦੋ ਦਫ਼ਾ ਇਸਤੇਮਾਲ ਕਰ ਰਹਾ ਹੂੰ, ਯਾਨੀ ਕਿ ਇੱਕ ਹੀ ਲਫ਼ਜ਼ ਹੈ ਸੈਦ ਅਬਦੁਲ ਸ਼ਾਹ ਜੀ, ਦੋ ਵਾਰ ਇੱਕ ਲਫ਼ਜ਼ ਦੋ ਜਗ੍ਹਾ 'ਤੇ ਇਸਤੇਮਾਲ ਹੋ ਰਿਹਾ। ਤੁਹਾਡੀ ਸੈਂਸ ਦੇਖਣੀ ਹੈ, ਤੁਹਾਡੀ ਮਾਰਫਤ ਦੇਖਣੀ ਹੈ, ਕਿਤਨੇ ਆਲਾ ਜ਼ਰਫੋ ਤੁਹਾਨੂੰ ਸਮਝ ਆਉਂਦੀ ਹੈ, ਤਵੱਜੋ ਜਿਹਦੀ ਹੋਏਗੀ ਸਮਝ ਵੀ ਉਹਨੂੰ ਆਏਗੀ। ਬੀਬੀ ਫਰਮਾਰਨ, ਵਿਲਾਇਤ ਕੇ ਦੁਸ਼ਮਨ ਕਰੋਨਾ ਪੜੇਗਾ, ਕਰੋਨਾ ਕਰੋਨਾ ਦੋਵੇਂ ਦੋਵੇਂ ਗੱਲਾਂ, ਵਿਲਾਇਤ ਕੇ ਦੁਸ਼ਮਨ ਕਰੋਨਾ ਪੜੇਗਾ। ਬੀਬੀ ਕਿਆ ਫਰਮਾ ਰਹੇ, ਬਹੂ ਮੇਰੀ ਜ਼ਹਰਾ ਕੋ ਨਾ ਪੜੇਗਾ, ਓਏ ਮੈਂ ਤੁਝ ਕੋ ਯਾਰ, ਇੱਕ 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 ਬੰਦਾ ਕਮ ਅਜ਼ ਕਮ ਉਸ ਮਿਆਰ ਤੇ ਖਿਰਾਤ ਦੇਣਾ। ਅਗਲਾ ਸ਼ੇਰ ਤੁਹਾਡੇ ਵਾਸਤੇ ਹੋਰ ਪੜ੍ਹਿਆ, ਪੁਰਾਣੀ ਗੱਲ ਜੀ ਬਗੈਰ ਨਸਰ ਤੋਂ ਪੜ੍ਹਿਆ, ਗੱਲ ਪੁਰਾਣੀ ਹੈ, ਸ਼ੇਰ ਨਵਾਂ। ਮੋਬਾਈਲ ਵਾਲੇ ਤਵੱਜੋ ਫਰਮਾਨ ਜੀ, ਬੀਬੀ ਫਰਮਾਨ ਅਲੀ ਬਾਦਸ਼ਾਹ ਨੂੰ ਫਰਮਾ ਰਹੇ, ਹੁਣ ਅਲੀ ਨੂੰ ਫਰਮਾ ਰਹੇ, ਕਿੱਸਾ ਮੈਂ ਤੁਮੇ ਮੇਰਾ ਮਾਜ਼ੀ ਮਿਲੇਗਾ। ਲਓ ਜੀ ਤੁਸੀਂ ਦੋ, ਤੁਹਾਡੇ ਦੋ ਵਾਸਤੇ ਅਗਲੇ ਲੈਣੇ, ਮੈਂ ਬਾਕੀ ਕਿਸੇ ਨੂੰ ਦੇਖ ਕੇ ਨਹੀਂ ਪੜਿਆ, ਤੁਹਾਡੇ ਦੋ ਵਾਸਤੇ। ਕਿੱਸਾ ਮੈਂ ਤੁਮੇ ਮੇਰਾ ਮਾਜ਼ੀ ਮਿਲੇਗਾ, ਅਲੀ ਤੁਝ ਕੋ ਬੇਟੋ
میں غازی ملے گا خدا سے میں سی وفا کر چلی ہوں میں کعبہ رضا سے بسا کر چلی ہوں